ਲੁਧਿਆਣਾ ਚ ਧਾਰਮਿਕ ਸਮਾਗਮ ਦੇ ਦੌਰਾਨ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਦੀ ਹੋਈ ਮੁਲਾਕਾਤ। ਇੱਕ ਦੂਜੇ ਨੂੰ ਲਾਇਆ ਗੜ, ਭਜਨਾ ਤੇ ਵੀ ਖੂਬ ਥਿਰਕੇ। ਲੁਧਿਆਣਾ ਵਿੱਚ ਇੱਕ ਦੂਜੇ ਦੇ ਖਿਲਾਫ ਲੜ ਰਹੇ ਨੇ ਚੋਣ। ਚੋਣ ਪ੍ਰਚਾਰ ਦੇ ਦੌਰਾਨ ਭਾਵੁਕ ਹੋਏ ਹਰਸਿਮਰਤ ਕੌਰ ਬਾਦਲ, ਲੰਬੀ ਦੇ ਪਿੰਡ ਬਾਦਲ ਚ ਕਰ ਰਹੇ ਸੀ ਪ੍ਰਚਾਰ। ਕਿਹਾ ਸੀ ਦੇ ਬਾਦਲ ਦੇ ਜਾਣ ਤੋਂ ਬਾਅਦ ਵੀ ਵਿਰੋਧੀ ਉਹਨਾਂ ਤੇ ਚੁੱਕ ਰਹੇ ਸਵਾਲ। ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਵੱਲੋਂ ਤਾਬੜ ਤੋੜ ਪ੍ਰਚਾਰ ਜਾਰੀ। ਸੀਐਮ ਦੇ ਵੱਲੋਂ ਅੱਜ ਮੋਹਾਲੀ ਚ ਕੀਤਾ ਜਾਏਗਾ ਰੋਡ ਸ਼ੋਅ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਡੇਰਾ ਬੱਸੀ ਚ ਕਰਨਗੇ ਯਾਤਰਾ। ਅੱਜ ਰਾਮ ਨਗਰੀ ਅਯੋਧਿਆ ਜਾਣਗੇ ਪ੍ਰਧਾਨ ਮੰਤਰੀ। ਰਾਮ ਮੰਦਿਰ ਦੇ ਵਿੱਚ ਰਾਮ ਲੱਲਾ ਦੇ ਕਰਨਗੇ ਦਰਸ਼ਨ, ਬਾਅਦ ਦੇ ਵਿੱਚ ਰੋਡ ਸ਼ੋਅ ਕੱਢਣਗੇ ਪੀਐਮ। ਪੰਜਾਬ ਦੇ ਵਿੱਚ ਨਾੜ ਦੇ ਧੂਏ ਨੇ ਲਈਆਂ ਚਾਰ ਜਾਨਾਂ। ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਧੂਏ ਕਰਕੇ ਵਾਪਰੇ ਹਾਦਸੇ ਚ ਪਰਿਵਾਰ ਦੇ 3 ਜੀਆਂ ਦੀ ਮੌਤ। ਕਪੂਰਥਲਾ ਚ ਨਾੜ ਦੀ ਅੱਗ ਚ ਜ਼ਿੰਦਾ ਸੜਿਆ ਬਾਈਕ ਸਵਾਰ। ਜੰਮੂ ਕਸ਼ਮੀਰ ਦੇ ਪੁੰਛ ਦੇ ਵਿੱਚ ਫੌਜ ਦੇ ਵੱਲੋਂ ਸਰਚ ਆਪਰੇਸ਼ਨ ਜਾਰੀ। ਕੱਲ੍ਹ ਅੱਤਵਾਦੀਆਂ ਨੇ ਏਅਰਫੋਰਸ ਦੇ ਕਾਫਲੇ ਤੇ ਕੀਤਾ ਸੀ ਹਮਲਾ, ਇੱਕ ਜਵਾਨ ਹੋਇਆ ਸ਼ਹੀਦ, ਚਾਰ ਜ਼ਖਮੀਆਂ ਦਾ ਚੱਲ ਰਿਹਾ ਇਲਾਜ। ਬਹੁਤ ਚਰਚਿਤ ਸਿੱਪੀ ਸਿੱਧੂ ਕਤਲ ਕੇਸ ਚ ਮੁਲਜ਼ਮ ਕਲਿਆਣੀ ਦੇ ਖਿਲਾਫ਼ ਦੋਸ਼ ਤੈਅ। ਕਤਲ ਸਬੂਤ ਮਿਟਾਉਣ ਅਤੇ ਸਾਜਿਸ਼ ਰਚਨ ਦਾ ਚੱਲੇਗਾ ਮੁਕੱਦਮਾ। ਸੀਬੀਆਈ ਨੇ ਕਲਿਆਣੀ ਨੂੰ ਜੂਨ 2022 ਚ ਕੀਤਾ ਸੀ ਗ੍ਰਿਫਤਾਰ। ਸਤਿ ਸ਼੍ਰੀ ਅਕਾਲ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਤਾਂ ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ ਫਿਰੋਜ਼ਪੁਰ ਤੋਂ। ਫਿਰੋਜ਼ਪੁਰ ਦੇ ਬੰਡਾਲਾ ਦੇ ਵਿੱਚ ਬੇਅਦਬੀ ਦੇ ਮੁਲਜ਼ਮ ਦੇ ਕਤਲ ਤੇ ਜਥੇਦਾਰ ਦਾ ਬਿਆਨ ਆਇਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਦਾ ਬਿਆਨ ਆਇਆ ਹੈ ਔਰ ਉਹਨਾਂ ਨੇ ਕਤਲ ਨੂੰ ਕਾਨੂੰਨ ਦੇ ਵੱਲੋਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ 'ਚ ਨਾਕਾਮੀ ਦਾ ਰਿਐਕਸ਼ਨ ਦੱਸਿਆ ਹੈ। ਤਾਂ ਜਥੇਦਾਰ ਦਾ ਸਿੱਖ ਸੰਗਤ ਨੂੰ ਇਹ ਵੀ ਹੁਕਮ ਹੈ ਕਿ ਬੇਅਦਬੀ ਦੇ ਮੁਲਜ਼ਮ ਦੇ ਪਰਿਵਾਰ ਦਾ ਸਮਾਜਿਕ ਅਤੇ ਧਾਰਮਿਕ ਤੌਰ ਤੇ ਬਾਈਕਾਟ ਕੀਤਾ ਜਾਵੇ। ਦੋਸ਼ੀਆਂ ਦੀਆਂ ਅੰਤਿਮ ਰਸਮਾਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਹੋਣ। ਜਦੋਂ ਕਾਨੂੰਨ ਆਪਣਾ ਫਰਜ਼ ਨਿਭਾਉਣ 'ਚ ਨਾਕਾਮ ਹੋ ਜਾਵੇ ਤਾਂ ਲੋਕਾਂ ਨੂੰ ਆਪਣੇ ਤਰੀਕੇ ਦੇ ਨਾਲ ਨਿਆਂ ਲੈਣ ਦੇ ਲਈ ਮਜਬੂਰ ਹੋਣਾ ਪੈਂਦਾ ਹੈ। ਜਦ ਜਥੇਦਾਰ ਦਾ ਇਹ ਬਿਆਨ ਆਇਆ ਹੈ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਚੇਤਾਵਨੀ ਤੱਕ ਦਿੱਤੀ ਹੈ ਕਿ ਮੁਲਜ਼ਮ ਦੀ ਮੌਤ ਦੇ ਮਾਮਲੇ 'ਚ ਕਿਸੇ ਸਿੱਖ ਨੂੰ ਤੰਗ ਨਾ ਕੀਤਾ ਜਾਏ। ਸੱਚਾਈ ਸਾਹਮਣੇ ਆਵੇ ਕਿ ਨੌਜਵਾਨ ਨੂੰ ਕਿਸਨੇ ਅਤੇ ਕਿਸ ਸਾਜਿਸ਼ ਦੇ ਤਹਿਤ ਭੇਜਿਆ ਸੀ। ਫਿਰੋਜ਼ਪੁਰ ਦੇ ਬੰਡਾਲਾ ਦੇ ਗੁਰਦੁਆਰੇ ਦੇ ਬਾਹਰ ਨੌਜਵਾਨ ਦਾ ਕਤਲ ਕੀਤਾ ਗਿਆ। ਮ੍ਰਿਤਕ ਬਖਸ਼ਿਸ਼ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖੰਡਿਤ ਕਰਨ ਦਾ ਇਲਜ਼ਾਮ ਹੈ। ਮ੍ਰਿਤਕ ਦੇ ਪਿਤਾ ਨੇ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਮੇਰਾ ਉਹਨਾਂ ਨੇ ਇਹ ਵੀ ਕਿਹਾ ਕਿ ਮੇਰਾ ਬੇਟਾ ਦਿਮਾਗੀ ਤੌਰ ਤੇ ਬਿਮਾਰ ਸੀ ਤਾਂ ਪਿੰਡ ਵਾਲਿਆਂ ਨੇ ਕਿਰਪਾਨ ਦੇ ਨਾਲ ਮੁੰਡੇ ਦਾ ਕਤਲ ਕੀਤਾ, ਮ੍ਰਿਤਕ ਦਾ ਪਿਤਾ ਕਹਿੰਦਾ ਹੈ। ਉਹਨਾਂ ਦਾ ਇਹ ਬਿਆਨ ਹੈ ਤਾਂ 2 ਸਾਲ ਤੋਂ ਦਵਾਈ ਚੱਲ ਰਹੀ ਸੀ। ਉਹਨਾਂ ਵੀ ਕਿਹਾ ਮੇਰੇ ਤੋਂ ਪਰਚੀਆਂ ਵੀ ਖੋਹ ਲਈਆਂ ਨੇ, ਤਾਂ ਇਹ ਵੀ ਉਹਨਾਂ ਕਿਹਾ ਕਿ ਮੇਰੇ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ, ਫਿਰੋਜ਼ਪੁਰ ਪੁਲਿਸ ਨੇ ਮ੍ਰਿਤਕ ਬਖਸ਼ੀਸ਼ ਸਿੰਘ ਦੇ ਖਿਲਾਫ਼ FIR ਦਰਜ ਕੀਤੀ। ਤਾਂ ਨੌਜਵਾਨ ਨੂੰ ਮਾਰਨ ਵਾਲੀ ਭੀੜ ਤੇ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ। ਤਾਂ ਬੇਹੱਦ ਅਹਿਮ ਹੈ ਜਥੇਦਾਰ ਦਾ ਇਸ ਸਮੇਂ ਆਇਆ ਇਹ ਬਿਆਨ। ਮਨਦੀਪ ਕੁਮਾਰ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ। ਮਨਦੀਪ, ਹੁਣ ਤੱਕ ਕੀ ਕੁਝ ਅਪਡੇਟ ਹੈ, ਕੀ ਕੁਝ ਪੁਲਿਸ ਨੇ ਕਾਰਵਾਈ ਕੀਤੀ ਹੈ, ਜੇਕਰ ਦੋਨਾਂ ਪੱਖਾਂ ਦਾ ਅਸੀਂ ਜ਼ਿਕਰ ਕਰੀਏ ਕਿਉਂਕਿ ਜਥੇਦਾਰ ਸਾਹਿਬ ਦਾ ਬਿਆਨ ਆਇਆ ਹੈ ਔਰ ਉਹ ਵੀ ਬੇਹੱਦ ਅਹਿਮ। ਮਨਦੀਪ, ਜੇਕਰ ਮੇਰੀ ਆਵਾਜ਼ ਆ ਪਾ ਰਹੀ, ਅਪਡੇਟ ਚਾਹੁੰਦੇ ਆ। ਬਿਲਕੁਲ ਗੁਰਜੀਤ, ਮੇਰੀ ਆਵਾਜ਼ ਆ ਰਹੀ ਹੈ? ਜੀ ਜੀ ਬਿਲਕੁਲ। ਇਹ ਮਾਮਲਾ ਕੱਲ 1:40 ਦੇ ਕਰੀਬ ਦਾ ਮਾਮਲਾ ਹੈ, ਜਦੋਂ ਬਖਸ਼ੀਸ਼ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੁੰਦਾ ਹੈ ਤੇ ਉੱਥੇ
ਬੇਅਦਬੀ ਦਾ ਮਾਮਲਾ ਜਿਹੜਾ ਸਾਹਮਣੇ ਆਉਂਦਾ ਹੈ ਔਰ ਉਸ ਤੋਂ ਬਾਅਦ ਉੱਥੇ ਉਮੜੀ ਜਿਹੜੀ ਭੀੜ ਹੈ ਉਹ ਗੁੱਸੇ 'ਚ ਹੁੰਦੀ ਹੈ ਔਰ ਉਸ ਤੋਂ ਵੱਲੋਂ ਜਿਹੜੀ ਮਾਰਪੀਟ ਕੀਤੀ ਜਾਂਦੀ ਹੈ ਔਰ ਜਿਸਦੇ ਉੱਥੇ ਹੀ ਮੌਕੇ 'ਤੇ ਉਸਦੀ ਮੌਤ ਹੋ ਜਾਂਦੀ ਹੈ ਪਰ ਪੁਲਿਸ ਵੱਲੋਂ ਉਸਨੂੰ ਇਤਿਹਾਸ ਦੇ ਲਈ ਉਸਨੂੰ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭੇਜਿਆ ਜਾਂਦਾ ਜਿੱਥੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੁਣ ਜਿਹੜਾ ਹੈ ਉਸਦੀ ਜਿਹੜੀ ਡੈੱਡ ਬੋਡੀ ਹੈ ਉਹ ਫਿਰੋਜ਼ਪੁਰ ਪੁਲਿਸ ਨੇ ਜਿਹੜੀ ਹੈ ਸਿਵਲ ਹਸਪਤਾਲ ਦੇ ਮੋਰਚਰੀ 'ਚ ਰਖਵਾ ਦਿੱਤੀ ਹੈ ਔਰ ਉਸਦਾ ਪਿਤਾ ਵੀ ਜਿਹੜਾ ਸਾਹਮਣੇ ਆਇਆ ਬਖਸ਼ੀਸ਼ ਦਾ ਉਸਦਾ ਕਹਿਣਾ ਕਿ ਉਸਦੀ ਜਿਹੜੀ ਦਿਮਾਗੀ ਤੌਰ ਤੇ ਹਾਲਤ ਠੀਕ ਨਹੀਂ ਸੀ ਔਰ ਪਿਛਲੇ 2 ਸਾਲਾਂ ਤੋਂ ਅਪਡੇਟ ਕੀ ਹੈ ਪੁਲਿਸ ਨੇ ਕੀ ਮਾਮਲਾ ਕੋਈ ਦਰਜ ਕੀਤਾ ਹੈ ਕਿਉਂਕਿ ਪੁਲਿਸ ਮ੍ਰਿਤਕ ਦਾ ਪਿਤਾ ਹੀ ਕਹਿ ਰਿਹਾ ਹੈ ਕਿ ਮਾਮਲਾ ਦਰਜ ਹੋਣਾ ਚਾਹੀਦਾ ਹੈ ਔਰ ਜਥੇਦਾਰ ਸਾਹਿਬ ਦਾ ਇਹ ਕਹਿਣਾ ਕਿ ਪੁਲਿਸ ਕਿਸੇ ਵੀ ਸਿੱਖ ਨੂੰ ਕਿਸੇ ਵੀ ਆਗੂ ਨੂੰ ਤੰਗ ਨਾ ਕਰੇ ਹਾਂ ਬਿਲਕੁਲ ਜੀ ਹਜੇ ਗੱਲ ਕਰੀਏ ਤੇ ਹਜੇ ਬਿਲਕੁਲ ਬਖਸ਼ੀਸ਼ ਦੇ ਖਿਲਾਫ ਜਿਹੜਾ ਹੈ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ 295A ਦੀ ਧਾਰਾ ਦੇ ਤਹਿਤ ਬਟ ਹਜੇ ਤੱਕ ਜਿਹੜੇ ਭੀੜ ਵੱਲੋਂ ਉਸਨੂੰ ਮਾਰਿਆ ਗਿਆ ਉਸ ਤੇ ਜਿਹੜਾ ਅਜੇ ਕੋਈ ਕਿਸੇ ਤਰ੍ਹਾਂ ਦੀ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਔਰ ਜਾਂਚ ਜਿਹੜਾ ਕੀਤੀ ਜਾ ਰਹੀ ਹੈ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਮਨਦੀਪ ਤਮਾਮ ਜਾਣਕਾਰੀ ਲਈ ਤਾਂ ਇਹ ਬਿਲਕੁਲ ਅਪਡੇਟ ਮੇਰੇ ਸੀਓਬੀ ਦੇ ਰਹੇ ਸੀ ਉਹਨਾਂ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵੀ ਅਜੇ ਤਾਂ ਪਰਚਾ ਜਿਹੜਾ ਹੈ ਉਹ ਦਰਜ ਨਹੀਂ ਹੋਇਆ ਹੈ ਪੁਲਿਸ ਦੇ ਵੱਲੋਂ ਪੋਸਟਮਾਰਟਮ ਦੇ ਲਈ ਜਿਹੜੀ ਲਾਸ਼ ਹੈ ਉਸਨੂੰ ਮੋਰਚਰੀ 'ਚ ਰਖਵਾ ਦਿੱਤਾ ਗਿਆ ਦੂਸਰੇ ਪਾਸੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਬੇਹੱਦ ਅਹਿਮ ਬਿਆਨ ਆਇਆ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਕਾਨੂੰਨ ਆਪਣਾ ਕੰਮ ਕਰਨ ਦੇ ਵਿੱਚ ਨਾਕਾਮ ਹੋਵੇ ਤਾਂ ਉਸ ਦਾ ਰਿਐਕਸ਼ਨ ਇਸ ਕਿਸਮ ਦਾ ਹੁੰਦਾ ਹੈ ਕਿ ਇਸ ਕਿਸਮ ਦੇ ਨਾਲ ਜਿਹੜੀ ਸਜ਼ਾ ਹੈ ਉਸ ਮੁਲਜ਼ਮ ਨੂੰ ਦਿੱਤੀ ਗਈ ਘਟਨਾ ਜੀ ਮੁੰਡਾ ਠੀਕ ਨਹੀਂ ਸੀ ਦਿਮਾਗੀ ਸੀ ਮੈਂਟਲ ਸੀ ਅਤੇ ਮੈਂ ਘਰੇ ਕੰਮ ਕਰਨ ਰਿਹਾ ਅਤੇ ਮੈਂ ਤੋਂ ਘਰੋਂ ਚਲੇ ਗਿਆ ਪਹਿਲਾਂ ਸਵੇਰੇ ਫਿਰਦਾ ਰਿਹਾ ਘਰੇ ਆ ਜਾਂਦਾ ਫਿਰਦਾ ਰਿਹਾ ਆ ਜਾਂਦਾ ਰਿਹਾ ਦੁਪਹਿਰੇ ਗਿਆ ਉੱਧਰ ਮਨਾਲੇ ਗਿਆ ਏ ਉੱਥੇ ਜਾ ਕੇ ਪਤਾ ਨਹੀਂ ਰੱਬ ਜਾਂਦਾ ਸੀ ਕੋਈ ਆਗਾ ਦਰਵਾਸ ਵਾਲਾ ਪਾ ਰਿਹਾ ਜਦੋਂ ਸਾਨੂੰ ਨਹੀਂ ਕਹੀ ਦੇਖਿਆ ਪਿੰਡ ਵਾਲਿਆਂ ਨੇ ਉਹਨਾਂ ਨੇ ਮੁੰਡਾ ਛੱਡਿਆ ਨਹੀਂ ਮਾਰਤਾ ਦੁਕਾਨਾਂ ਵੱਢ ਕੇ ਮਾਰਿਆ ਮੁੰਡਾ ਮੈਂ ਕੋਲ ਖੜਾ ਜਦੋਂ ਮਾਰਿਆ ਉਹ ਮੈਨੂੰ ਮਾਰ ਦਿਲ ਕੇ ਮੈਂ ਭੱਜ ਕੇ ਲਿਆ ਸੁਣਾਉਂਦੇ ਰਹੇ ਮੁਲਾਜ਼ਮਾਂ ਦੇ ਗਲ ਪਏ ਨੇ ਮੁਲਾਜ਼ਮ ਸੁਣਾਉਂਦੇ ਨਹੀਂ ਕੱਟਿਆ 2 ਸਾਲ ਤੋਂ ਹੋਏ ਦਵਾਈ ਚੱਲਦੀ ਨੂੰ ਪਰਚੀਆਂ ਨਾ ਖੋਲੀਆਂ ਮੈਥੋਂ ਪਰਚੇ ਦਿੱਤੀਆਂ ਨੇ ਨਾਲ ਪਰਚੀਆਂ ਲੈ ਗਿਆ ਦਵਾਈ ਇਹ ਚੱਲਣ ਦੀ ਮੁੰਡਾ ਕਿੰਨੀ ਕੁ ਉਮਰ ਸੀ 19.5 ਸਾਲ ਦੀ ਉਮਰ ਹਾਂਜੀ ਪਰਚਾ ਹੋਣਾ ਚਾਹੀਦਾ ਪਰਚਾ ਹੋਣਾ ਚਾਹੀਦਾ ਉਹਨਾਂ ਦੇ ਇਹ ਜਿਹੜੀ ਘਟਨਾ ਘਟੀ ਆ ਬਹੁਤ ਹੀ ਅਣਹੋਣੀ ਘਟਨਾ ਘਟੀ ਆ ਬਹੁਤ ਮਾੜਾ ਹੋਇਆ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਹਾਰਾਜ ਦੇ ਵਿੱਚ ਵਚਨ ਆਉਂਦਾ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਮਹਾਰਾਜ ਜੀ ਲੇਕਿਨ ਆ ਪਿਛਲੇ ਸਮੇਂ ਦੇ ਜੋ 2000 ਮੇਰੇ ਕੋਲ 17-15 ਤੋਂ ਲੈ ਕੇ ਇਹ ਇੱਕ ਬੜੀ ਸੋਚੀ ਸਮਝੀ ਸਾਜਿਸ਼ ਦੇ ਨਾਲ ਇਹ ਸਾਨੂੰ ਇੱਕ ਟਾਰਗੇਟ ਕੀਤਾ ਜਾ ਰਿਹਾ ਨੇ ਸਿੱਖ ਕੌਮ ਨੂੰ ਬਹੁਤ ਮਾੜੀ ਘਟਨਾ ਹੋਈ ਆ ਜਿਸ ਤਰ੍ਹਾਂ ਇਹਨਾਂ ਨੂੰ ਦੱਸਿਆ ਮੈਂ ਹੁਣੇ ਆਇਆ ਜਦੋਂ ਮੈਨੂੰ ਪਤਾ ਲੱਗਾ ਨੇ ਅਤੇ ਇਹ ਸੁਣੀ ਆ ਗੱਲ ਇਹਨਾਂ ਤੋਂ ਵੀ ਉਹ ਕੋਈ ਨੌਜਵਾਨ ਬੰਦਾ ਆਇਆ ਨੇ ਅਤੇ ਉਹਨੇ ਆਣ ਕੇ ਪਹਿਲਾਂ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕ ਕੇ ਫਿਰ ਅੰਦਰ ਮੱਥਾ ਟੇਕਣ ਵਾਸਤੇ ਗਿਆ ਗਿਆ ਤਾਂ ਵੈਲਵੀ ਕਰਨ ਦੇ ਵਾਸਤੇ ਅਸੀਂ ਨਹੀਂ ਕਹਿ ਸਕਦੇ ਮੱਥਾ ਟੇਕਣ ਵਾਸਤੇ ਬਿਲਕੁਲ ਜੀ ਬਿਲਕੁਲ ਹਾਂਜੀ ਮੱਥਾ ਟੇਕਣ ਵਾਸਤੇ ਤਾਂ ਗੁਰੂ ਕੇ ਸਿੱਖ ਜਾਂਦੇ ਆ ਲੇਕਿਨ ਉਹ ਗਿਆ ਨੇ ਵੈਲਵੀ ਦਾ ਘਰ ਚਾਂਸ ਲੈ ਕਰਕੇ ਗਿਆ ਇਹਨਾਂ ਜਿਹੜੇ ਇੱਥੇ ਪ੍ਰਬੰਧਕ ਸੀ ਉਹਨਾਂ ਨੇ ਸੋਚਿਆ ਵੀ ਉਹਨੂੰ ਪ੍ਰਸ਼ਾਦ ਦੇਈਏ ਜਦੋਂ ਪ੍ਰਸ਼ਾਦ ਦੇਣ ਵਾਸਤੇ ਗਏ ਆ ਅਤੇ ਉਹ ਅੱਗੋਂ ਅੰਗ ਪਾੜ ਕੇ ਲੈ ਰਿਹਾ ਉਹਨਾਂ ਨੇ ਫਿਰ ਜਦੋਂ ਵੇਖੋ ਇੱਕ ਸਿੱਖ ਦਾ ਹਿਰਦਾ ਜਿਹੜਾ ਵਲੂੰਦਰਿਆ ਜਾਂਦਾ ਨੇ ਹਾਂਜੀ ਮਹਾਰਾਜ ਦੇ ਵਜਨ ਨਵੇਂ ਗੁਰੂ ਦਾ ਸਿੱਖ ਜਿਹੜਾ ਨੇ ਉਹ ਗੁਰੂ ਦਾ ਨਿਰਾਦਰ ਨਹੀਂ ਸਹਿ ਸਕਦਾ ਕਿਸੇ ਹਾਲਤ ਦੇ ਵਿੱਚ ਅਤੇ ਉਹਨਾਂ ਨੇ ਫਿਰ ਰੌਲਾ ਪਾ ਦਿੱਤਾ ਰੌਲਾ ਪਾਉਣ ਦੇ ਕਰ ਭੀੜ ਇਕੱਠੀ ਹੋ ਗਈ ਆ ਉਦੋਂ ਅੱਗੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਉਹ ਦੱਸਦੇ ਆ ਵੀ ਉਹਨੂੰ ਮਤਲਬ ਵੀ ਉਹ ਮੌਤ ਹੋ ਗਈ ਆ ਉਹਦੀ
ਫਿਰੋਜ਼ਪੁਰ ਦੇ ਸਰਹੱਦੀ ਪਿੰਡ ਬੰਡਾਲਾ ਦੇ ਵਿੱਚ ਇੱਕ ਮੰਦਭਾਗੀ ਘਟਨਾ ਘਟੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਸ਼ਖਸ ਵੱਲੋਂ ਅੰਗ ਫਾੜ ਦਿੱਤੇ ਜਾਂਦੇ ਹੈ ਔਰ ਉਸ ਤੋਂ ਬਾਅਦ ਜਿਹੜੇ ਇੱਥੇ ਸੇਵਾਦਾਰ ਹੈ ਉਸ ਸ਼ਖਸ ਨੂੰ ਫੜ ਲੈਂਦੇ ਆ ਔਰ ਗੁਰਦੁਆਰਾ ਦੇ ਵਿੱਚ ਆਵਾਜ਼ ਦੇਣ ਤੋਂ ਬਾਅਦ ਇੱਥੇ ਭੀੜ ਇਕੱਠੀ ਹੁੰਦੀ ਹੈ ਔਰ ਭੀੜ ਵੱਲੋਂ ਕੁੱਟਮਾਰ ਕਰਨ ਤੋਂ ਬਾਅਦ ਉਸ ਆਰੋਪੀ ਨੂੰ ਜਿਹੜਾ ਉਸ ਦੀ ਮੌਤ ਹੋ ਜਾਂਦੀ ਹੈ ਉਸ ਨੂੰ ਜਿਹੜਾ ਇੱਥੇ ਪੁਲਿਸ ਪਹੁੰਚਦੀ ਹੈ ਔਰ ਪੁਲਿਸ ਉਸ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਿਹੜਾ ਇੱਕ ਨਿੱਜੀ ਹਸਪਤਾਲ ਫਿਰੋਜ਼ਪੁਰ ਦੇ ਵਿੱਚ ਉੱਥੇ ਲੈ ਕੇ ਜਾਂਦੀ ਹੈ ਔਰ ਜਿੱਥੇ ਉਸ ਦੀ ਇਲਾਜ ਦੇ ਦੌਰਾਨ ਮੌਤ ਹੋ ਜਾਂਦੀ ਹੈ ਇਸ ਵੇਲੇ ਅਸੀਂ ਫਿਰੋਜ਼ਪੁਰ ਦੇ ਜਿਹੜਾ ਬੰਡਾਲਾ ਪਿੰਡ ਹੈ ਉੱਥੇ ਜਿਹੜੇ ਇਤਿਹਾਸਿਕ ਗੁਰਦੁਆਰਾ ਹੈ ਬਾਬਾ ਵੀਰ ਸਿੰਘ ਗੁਰਦੁਆਰਾ ਸਾਹਿਬ ਉੱਥੇ ਅਸੀਂ ਖੜ੍ਹੇ ਹਾਂ ਔਰ ਲੋਕ ਜਿਹੜੇ ਇੱਥੇ ਮੌਜੂਦ ਨੇ ਜਿਹੜੇ ਚਸ਼ਮਦੀਦ ਨੇ ਜਿਨ੍ਹਾਂ ਨੇ ਇਸ ਘਟਨਾ ਨੂੰ ਦੇਖਿਆ ਕਿ ਇੱਕ ਨੌਜਵਾਨ ਯੁਵਕ ਜਿਹੜਾ ਹੈ ਉਹ ਇੱਥੇ ਆਉਂਦਾ ਔਰ ਸਭ ਤੋਂ ਪਹਿਲਾਂ ਉਹ ਲੰਗਰ ਛਕਦਾ ਔਰ ਲੰਗਰ ਛਕਣ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦਾ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਜਿਹੜੇ ਆ ਉਹ ਫਾੜ ਕੇ ਉਹਨਾਂ ਨੂੰ ਉਹਨਾਂ ਦੀ ਬੇਅਦਬੀ ਕਰਕੇ ਅਤੇ ਇੱਥੋਂ ਜਾਣ ਲੱਗਦਾ ਅਤੇ ਜਦੋਂ ਸੇਵਾਦਾਰ ਉਹ ਦੇਖਦੇ ਹੈ ਅਤੇ ਸੇਵਾਦਾਰਾਂ ਵੱਲੋਂ ਉਹਨਾਂ ਨੂੰ ਰੋਕਿਆ ਜਾਂਦਾ ਪੁੱਛਗਛ ਕੀਤੀ ਜਾਂਦੀ ਹੈ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਆਵਾਜ਼ ਦਿੱਤੀ ਜਾਂਦੀ ਹੈ ਆਵਾਜ਼ ਦੇਣ ਤੋਂ ਬਾਅਦ ਇੱਥੇ ਸੰਗਤ ਪਹੁੰਚਦੀ ਹੈ ਸੰਗਤ ਜਿਹੜੀ ਹੈ ਉਹ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਉਹ ਆਪਣੇ ਗੁਰੂ ਦਾ ਨਿਰਾਦਰ ਨਹੀਂ ਦੇਖ ਸਕਦੇ ਇਸ ਕਰਕੇ ਜਦੋਂ ਉਹਨਾਂ ਨੇ ਆਪਣੇ ਗੁਰੂ ਦੇ ਅੰਗ ਦੇਖੇ ਫਟੇ ਹੋਏ ਅਤੇ ਉਹਨਾਂ ਕੋਲੋਂ ਬਰਦਾਸ਼ਤ ਨਹੀਂ ਹੋਇਆ ਇੱਥੇ ਸੇਵਾਦਾਰ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਇਹ ਕਿੰਨੇ ਕੁ ਵਜੇ ਦੀ ਘਟਨਾ ਹੈ ਔਰ ਕਿਵੇਂ ਸਾਰੀ ਘਟਨਾ ਤੁਹਾਨੂੰ ਪਤਾ ਲੱਗਾ ਜੀ ਇਹ ਜੀ 1 ਵਜੇ ਦੀ ਘਟਨਾ ਜੀ 1 ਵਜੇ ਅਸੀਂ ਉੱਠੇ ਹਾਂ ਜੀ ਦੀਵਾਨ ਘਰ 'ਚ ਬੈਠੇ ਅਸੀਂ ਜੀ ਜੀ ਦੀਵਾਨ ਘਰ 'ਚ ਬੈਠੇ ਅਸੀਂ ਅਤੇ ਉੱਥੇ ਆਇਆ ਮੱਥਾ ਟੇਕਣੇ ਜੀ ਇਹਨੇ ਮਾਰੇ ਮੱਥਾ ਨਹੀਂ ਟੇਕਿਆ ਹਾਂਜੀ ਮੱਥਾ ਨਹੀਂ ਟੇਕਿਆ ਇਹਨੇ ਜਾ ਕੇ ਸਿੱਧਾ ਮੇਰਾ ਅੰਗ ਲਾਇਆ ਰੁਮਾਲਾ ਤੋਂ ਅਸੀਂ ਮਗਰ ਪ੍ਰਸ਼ਾਦ ਦੇਣ ਜਾ ਰਹੇ ਹਾਂ ਇਹਨੇ ਅੰਗ ਪਾੜ ਕੇ ਬਾਹਰ ਭੱਜ ਆਇਆ ਅੰਗ ਪਾੜ ਕੇ ਬਾਹਰ ਭੱਜ ਆਇਆ ਉੱਥੋਂ ਮੈਂ ਇਹਨੇ ਸੁੱਟਤਾ ਜੋ ਥੱਲਿਓ ਮੈਂ ਫੜ ਲਿਆ ਮੁੜ ਕੇ ਫਿਰ ਮੈਨੂੰ ਗਲੋਂ ਫੜ ਕੇ ਲੱਗਿਆ ਉੱਥੇ ਮਾਰੇ ਕੋਲੇ ਅਤੇ ਇਹਨੇ ਮਾਰੇ ਕੋਲੇ ਜਾ ਲੱਗਿਆ ਜਾ ਰੁਮਾਲਾ ਲਿੱਥਾ ਪਿਆ ਮਾਰੇ ਦੋਵੇਂ ਰੁਮਾਲੇ ਪਾਏ ਸੀ ਉਹ ਵੀ ਲਿੱਥੇ ਪਏ ਆ ਅਤੇ ਇੰਨੇ ਜਾਂਦੇ ਮੈਂ ਕੀਤਾ ਮੰਗ ਪਾੜਿਆ ਪਿਆ ਮਾਂ ਰਾਜ ਦਾ ਅਤੇ ਮੁੜ ਕੇ ਬਾਬਾ ਜੀ ਸਾਡਾ ਸੇਵਾ ਸਿੰਘ ਜੀ ਹੈਡ ਗ੍ਰੰਥੀ ਮੁੜ ਕੇ ਉਹਨਾਂ ਕੋਲ ਮੈਂ ਫੜ ਕੇ ਲੈ ਗਿਆ ਉਹਨਾਂ ਕੋਲ ਉਹਨਾਂ ਮੁੜ ਕੇ ਸਿੰਘ ਸਿੰਘ ਨੂੰ ਆਖਿਆ ਆਵਾਜ਼ ਦੇ ਮੁੜ ਕੇ ਆਵਾਜ਼ ਦਿੱਤੀ ਹੈ ਅਤੇ ਮੁੜ ਕੇ ਸੰਗਤ ਇਕੱਠੀ ਹੋਈ ਆ ਅਤੇ ਸੰਗਤ ਮੁੜ ਕੇ ਮੁਲਾਜ਼ਮ ਆ ਗਏ ਉਹਨਾਂ ਚਿਰ ਨੂੰ ਬਾਅਦ 'ਚ ਮੁੜ ਕੇ ਲੈ ਕੇ ਮੁੜ ਕੇ ਸਾਨੂੰ ਪਤਾ ਉਹਦੇ ਬਾਰੇ ਕੀ ਤੁਸੀਂ ਘਟਨਾ ਨੂੰ ਕਿਵੇਂ ਦੇਖਦੇ ਹੋ ਕਿ ਉੱਥੋਂ ਚੁਣਾਵ ਨੇ ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਜਾਂ ਤੁਸੀਂ ਇਸ ਘਟਨਾ ਨੂੰ ਸਾਰੀ ਨੂੰ ਕਿਵੇਂ ਦੇਖਦੇ ਹੋ ਤੁਹਾਡਾ ਕੀ ਮੰਨਣਾ ਹੈ ਕਿ ਕਿਤਰਾ ਮਤਲਬ ਇਹ ਘਟਨਾ ਹੋਣ ਦਾ ਕਾਰਨ ਤੁਸੀਂ ਕਿ ਮੰਨਦੇ ਹੋ ਕਿ ਪਹਿਲਾਂ ਯੁਵਕ ਕਦੀ ਇੱਥੇ ਤੁਸੀਂ ਵੇਖਿਆ ਗੁਰਦੁਆਰਾ ਪਹਿਲਾਂ ਨਹੀਂ ਕਦੇ ਵੇਖਿਆ ਨੂੰ ਅਸੀਂ ਪਹਿਲੀ ਵਾਰ ਦਰਸ਼ਨ ਕੀਤੇ ਹੁੰਦੇ ਪਹਿਲਾਂ ਅਸੀਂ ਇੱਕਰਾਂ ਕਦੇ ਵੇਖਿਆ ਨਹੀਂ ਨਾ ਇੱਧਰ ਆਇਆ ਕਦੇ ਨਾ ਅਸੀਂ ਤੁਹਾਨੂੰ ਦਰਸ਼ਨ ਹੀ ਹੁੰਦੇ ਅਸੀਂ ਪਹਿਲੀ ਵਾਰ ਉਹਨੂੰ ਵੇਖਿਆ ਇਹ ਘਟਨਾ ਨੂੰ ਜਾਮ ਦਿੰਦਾ ਕੋਈ ਸੀਸੀਟੀਵੀ ਕੈਮਰੇ ਵੀ ਅੰਦਰ ਗੁਰਦੁਆਰਾ ਸਾਹਿਬ ਦੇ ਲੱਗੇ ਹੋਏ ਜੀ ਕਮਰੇ ਲੱਗੇ ਪਏ ਆ ਉਸਦੇ ਵਿੱਚ ਵੀ ਸਾਰਾ ਕੁਝ ਕੈਦ ਹੋਇਆ ਹੋਣਾ ਉਹ ਡੀਵੀਆਰ ਹੁਣ ਪੁਲਿਸ ਲੈ ਗਈ ਹਾਂਜੀ ਲੈ ਕੇ ਪੁਲਿਸ ਲੈ ਗਈ ਉਹ ਸਾਰਾ ਕੁਝ ਕੈਦ ਹੋਇਆ ਵਿੱਚ ਦੇ ਬਿਲਕੁਲ ਨਾ ਇੱਕ ਮੰਦਭਾਗੀ ਘਟਨਾ ਜਿਹੜੀ ਆ ਉਹ ਦੇਖਣ ਨੂੰ ਇੱਥੇ ਮਿਲੀ ਹੈ ਔਰ ਸਾਰੇ ਜਿਹੜੇ ਹੈ ਜਿੰਨੇ ਵੀ ਸੇਵਾਦਾਰ ਹੈ ਇੱਥੇ ਮੌਜੂਦ ਆ ਔਰ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਰੋਸ਼ ਹੈ ਕਿ ਇਹ ਜਿਹੜੀ ਅੱਜ ਘਟਨਾ ਇੱਥੇ ਦੇਖਣ ਨੂੰ ਮਿਲੀ ਹੈ ਬੜੀ ਮੰਦਭਾਗੀ ਘਟਨਾ ਹੈ। ਅੱਗੇ ਵਧਾਂਗੇ ਤਾਂ ਖਡੂਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਕੁਲਬੀਰ ਜੀਰਾ ਨੇ ਮੰਗ ਕੀਤੀ ਹੈ ਕਿ ਬੇਅਦਬੀ ਕੇਸ ਦੀ ਜਾਂਚ ਹੋਣੀ ਚਾਹੀਦੀ ਹੈ, ਪਤਾ ਲੱਗਣਾ ਚਾਹੀਦਾ ਹੈ ਕਿ ਚੋਣਾਂ ਨੇੜੇ ਅਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ। ਉਹਦੀ ਜਿਹੜੀ ਹੈ ਮੱਤਭਾਗੀ ਘਟਨਾ ਔਰ ਮੈਂ ਇਹ ਗੱਲ ਕਹਿਣਾ ਕਿ ਸਰਕਾਰਾਂ ਇਲੈਕਸ਼ਨਾਂ ਦੇ ਵਿੱਚ ਕਿਉਂ ਗੁਰੂ ਦੀ ਵਰਤੋਂ ਕਰਦੇ ਨੇ ਔਰ ਇਸ ਕਰਕੇ ਉੱਥੇ ਗੁੱਸੇ 'ਚ ਆਏ ਲੋਕਾਂ ਨੇ ਪਤਾ ਲੱਗਿਆ ਕਿ ਉਹ 21 ਸਾਲਾਂ ਦਾ ਨੌਜਵਾਨ ਜਿਹੜਾ ਸੀ ਉਹ ਕੁੱਟ ਕੁੱਟ ਕੇ ਮਾਰ ਦਿੱਤਾ ਔਰ ਮੈਂ ਗੱਲ ਕਹਿੰਦਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੀ ਪਾਰਟੀ ਵੱਲੋਂ ਇਹ ਜਿਹੜਾ ਕੰਮ ਕਰਵਾਇਆ। ਭਾਵਕ ਗੱਲ ਇਹ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਤੁਰੇ ਅਤੇ ਜੇ ਸਾਡੇ ਪਿਓ ਦੀ ਪੱਗ ਹੀ ਸੇਫ ਨਹੀਂ ਅਸੀਂ ਇਹੋ ਜਿਹੀਆਂ ਚੋਣਾਂ ਤੋਂ ਲੈਣਾ ਵੀ ਕੀ।
ਉਧਰ ਹਰਿਆਣਾ ਦੇ ਅੰਬਾਲਾ ਦੇ ਵਿੱਚ ਗੁਰਕਾਸ਼ ਸਥਾਨ ਦੀ ਚੈਕਿੰਗ ਤੇ ਵਿਵਾਦ ਹੋਇਆ ਹੈ। ਤਾਂ ਹੈਕਿੰਗ ਹੋਈ ਔਰ ਚੈਕਿੰਗ ਤੇ ਹੁਣ ਵਿਵਾਦ ਹੋਇਆ, ਤਾਂ SGPC ਨੇ ਪ੍ਰਕਾਸ਼ ਸਥਾਨ ਦੀ ਚੈਕਿੰਗ ਕੀਆ ਹੈ। ਇਹ ਚੈਕਿੰਗ ਸਿੱਖ ਮਰਿਆਦਾ ਦੇ ਉਲਟ ਕਰ ਰਹੀ ਹੈ। ਹਰਜਿੰਦਰ ਸਿੰਘ ਧਾਮੀ ਇਹ ਕਹਿ ਰਹੇ ਨੇ ਮੰਗਣ ਹਰਿਆਣਾ ਦੇ CM ਦੇ ਪਹੁੰਚਣ ਤੋਂ ਪਹਿਲਾਂ ਐਂਡ ਦਰਜ ਦੱਸਦੀ ਕਿ ਇਹ ਗੁਰਪੁਰਬ ਸਮਾਗਮ ਚੱਲ ਰਿਹਾ ਸੀ ਔਰ ਇਹ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਔਰ ਬਿਲਕੁਲ ਉਸੇ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਇਹ ਚੈਕਿੰਗ ਜਿਹੜੀ ਹੈ ਉਹ ਕੀਤੀ। ਦੋ ਦਿਨ ਪਹਿਲਾਂ ਹਰਿਆਣਾ ਦੇ ਅੰਬਾਲਾ ਦੇ ਨੇੜੇ ਨਰਾਇਣਗੜ੍ਹ ਵਿਖੇ ਜਿੱਥੇ ਹਰਿਆਣਾ ਦੇ ਨਵੇਂ ਜਿਹੜੇ ਮੁੱਖ ਮੰਤਰੀ ਆ ਨਾਇਬ ਸਿੰਘ ਸੈਣੀ ਉਹ ਇੱਕ ਧਾਰਮਿਕ ਸਮਾਗਮ ਵਿੱਚ ਪਹੁੰਚਦੇ ਆ ਅਤੇ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਉੱਥੇ ਜਿਹੜੀ ਸਿਕਿਉਰਿਟੀ ਆ ਉਹ ਸਿਕਿਉਰਿਟੀ ਜਿਹੜੀ ਆ ਬਗੈਰ ਕਿਸੇ ਭੈ ਦੇ ਅਤੇ ਬਗੈਰ ਕਿਸੇ ਮਰਿਆਦਾ ਦਾ ਖਿਆਲ ਰੱਖਿਆ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੀ ਜਿਸ ਤਰ੍ਹਾਂ ਉਹ ਛਾਣਬੀਣ ਕਰਦੇ ਆ ਅਤੇ ਖਾਸ ਤੌਰ 'ਤੇ ਸਾਨੂੰ ਇੱਦਾਂ ਲੱਗਦਾ ਕਿ ਜਿਹੜੀ ਹਰਿਆਣਾ ਕਮੇਟੀ ਆ ਇਹ ਕਮੇਟੀ ਜਿਹੜੀ ਆ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਭਾਵਨਾਵਾਂ ਸਿੱਖਾਂ ਦੇ ਮਸਲੇ ਆ ਸਿੱਖਾਂ ਦੀਆਂ ਮਰਿਆਦਾਵਾਂ ਨੂੰ ਜਿਵੇਂ ਕਹਿੰਦੇ ਆ ਦੇਖਣ ਦੇ ਵਿੱਚ ਜਾਂ ਉਹਨੂੰ ਬਹਾਲ ਕਰਨ ਦੇ ਵਿੱਚ ਜਾਂ ਉਹਦੇ ਲਈ ਨੋਟਿਸ ਲੈਣ ਦੇ ਵਿੱਚ ਨਹੀਂ ਬਣੇਗੀ। ਇਹ ਸਿਰਫ ਅਤੇ ਸਿਰਫ ਖੱਟਰ ਸਾਹਿਬ ਦੀ ਜੇਬ 'ਚੋਂ ਨਿਕਲੀ ਇੱਕ ਉਹਨਾਂ ਦਾ ਧੜਾ ਜਿਹੜੇ ਧੜੇ ਨੇ ਬਹੁਤ ਸਿੱਖ ਸੰਸਥਾ ਦਾ ਨਾਮ ਜਿਹੜਾ ਸਹੀ ਸ਼ਬਦਾਂ 'ਚ ਕਿਹਾ ਜਾਵੇ ਬਦਨਾਮ ਕੀਤਾ। ਹੁਣ ਕਿੰਨੇ ਦਿਨ ਹੋ ਗਏ ਨੇ ਅਤੇ ਇਹ ਗੱਲ ਜਿਹੜੀ ਚਰਚਾ ਵਿੱਚ ਆ ਅਤੇ ਉਸ ਗੱਲ ਲਈ ਹਰਿਆਣਾ ਕਮੇਟੀ ਦੇ ਜਿਹੜੇ ਪ੍ਰਧਾਨ ਭੁਪਿੰਦਰ ਸਿੰਘ ਸੰਧ ਅਤੇ ਬਹੁਤ ਸਤਿਕਾਰਯੋਗ ਜਿਹੜੇ ਦਾਦੂਵਾਲ ਸਾਹਿਬ ਜਿਹੜੇ ਉੱਥੋਂ ਦੇ ਧਰਮ ਪ੍ਰਚਾਰ ਦੇ ਚੇਅਰਮੈਨ ਬਣਾਏ ਗਏ ਆ ਉਹਨਾਂ ਨੇ ਹਾਲ ਤੱਕ ਇੱਕ ਵੀ ਨੋਟਿਸ ਨਹੀਂ ਲਿਆ। ਸੋ ਬਹੁਤ ਮਾੜੀ ਗੱਲ ਆ, ਇਸ ਤਰ੍ਹਾਂ ਅੱਜ ਤੱਕ ਨਹੀਂ ਵਾਪਰਿਆ ਅਤੇ ਜੋ ਕੁਛ ਇਹ ਜਿਹੜੀ ਹਰਿਆਣਾ ਦੀ ਸਰਕਾਰ ਦੇ ਵਿੱਚ ਜਿਹੜੇ ਬੇਖੌਫ ਹੋ ਕੇ ਜਿਹੜਾ ਇਹ ਸਾਰਾ ਕੁਛ ਕੀਤਾ ਜਾ ਰਿਹਾ ਇਹ ਬਹੁਤ ਮਾੜਾ ਅਤੇ ਮੰਦਭਾਗਾ। ਉਧਰ BJP ਉਮੀਦਵਾਰ ਪ੍ਰਨੀਤ ਕੌਰ ਦੇ ਵਿਰੋਧ ਦੇ ਦੌਰਾਨ ਕਿਸਾਨ ਦੀ ਮੌਤ ਦਾ ਮਾਮਲਾ ਪੱਖਿਆ ਹੈ। ਕਿਸਾਨ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ FIR ਨਹੀਂ ਹੁੰਦੀ, ਜਦੋਂ ਤੱਕ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਸਕਾਰ ਨਹੀਂ ਕੀਤਾ ਜਾਏਗਾ। ਤਾਂ ਕਿਸਾਨ ਦੀ ਮੌਤ ਤੇ ਉਹਨਾਂ ਪ੍ਰਨੀਤ ਕੌਰ ਦਾ ਬਿਆਨ ਆਇਆ ਹੈ। ਉਹਨਾਂ ਕਿਹਾ ਕਿ ਬਹੁਤ ਹੀ ਅਫਸੋਸ ਹੈ। ਤਾਂ ਵਿਰੋਧੀ ਇਸ ਤੇ ਸਿਆਸਤ ਨਾ ਕਰਨ, ਇਹ ਸੁਨੀਲ ਜਾਖੜ ਕਹਿ ਰਹੇ ਨੇ। ਉਹਨਾਂ ਕਿਹਾ ਹੈ ਕਿ ਧੱਕਾ ਮੁੱਕੀ ਨਹੀਂ, ਸਿਹਤ ਵਿਗੜਨ ਦੇ ਨਾਲ ਜਾਣ ਗਈ ਹੈ। ਸੁਨੀਲ ਜਾਖੜ BJP ਪੰਜਾਬ ਦੇ ਪ੍ਰਧਾਨ ਦਾ ਇਹ ਬਿਆਨ ਹੈ। ਇਸ ਵੀਰ ਸੁਰਿੰਦਰ ਸਿੰਘ ਦਾ ਕਤਲ ਜਿਹੜਾ ਕੀਤਾ ਗਿਆ, ਸੁਰਿੰਦਰਪਾਲ ਸਿੰਘ ਦਾ ਜਿਹੜਾ ਇਹ ਘਟਨਾ ਵਾਪਰੀ, ਉਹਦੀ ਮੌਤ ਹੋਈ, ਉਹਦਾ ਇੱਕ ਤਰੀਕੇ ਦੇ ਨਾਲ ਕਤਲ ਹੋਇਆ, ਉਹਨੂੰ ਇਹ ਕੋਈ ਨਵੀਂ ਇੰਸੀਡੈਂਟ ਨਹੀਂ ਹੈ ਸਾਡੇ ਨਾਲ। ਇਹਦੇ ਤੋਂ ਸਪਸ਼ਟ ਹੋ ਗਿਆ ਕਿ BJP ਆਪਦੀ ਉਸੇ ਮਾਨਸਿਕਤਾ ਦੇ ਉੱਤੇ ਕੰਮ ਕਰ ਰਹੀ ਹੈ ਔਰ ਇਹਦਾ ਅਸੀਂ ਜਿਹੜਾ ਸਾਡਾ ਅੱਜ ਦੀ ਇੱਥੇ ਮੀਟਿੰਗ ਹੋਈ ਹੈ ਸਾਡੀ, ਪਹਿਲਾਂ ਪਰਿਵਾਰ ਨਾਲ ਵੀ ਹੋਈ, ਦੋਨਾਂ ਫੋਰਮਾਂ ਦੀ ਹੋਈ, ਉਹਦੇ 'ਚੋਂ ਅਸੀਂ ਪ੍ਰਸ਼ਾਸਨ ਨੂੰ ਬੜਾ ਕਲੀਅਰ ਕੱਟ ਇਹ ਕਿਹਾ ਕਿ ਇਹ ਜਿਹੜੇ ਦੋਸ਼ੀ ਨੇ ਇਹਨਾਂ ਦੇ ਉੱਤੇ ਮੁਕੱਦਮਾ ਦਰਜ ਕਰਕੇ ਅਰੈਸਟ ਕਰਨਾ ਔਰ ਪਰਿਵਾਰ ਦੀ ਕੰਪਨਸੇਸ਼ਨ ਜੋ ਸਾਡੇ ਸ਼ਹੀਦਾਂ ਨੂੰ ਮਿਲਦਾ ਹੈ ਔਰ ਨਾਲ ਦੀ ਨਾਲ ਪਰਿਵਾਰ ਦੇ ਮੈਂਬਰ ਨੂੰ ਇੱਕ ਨੂੰ ਨੌਕਰੀ ਦੇਣਾ ਇਹ ਯਕੀਨੀ ਬਣਾਇਆ ਜਾਏ। ਜਿੰਨੀ ਦੇਰ ਤੱਕ ਉਹਨਾਂ ਬੰਦਿਆਂ ਦੇ ਉੱਤੇ ਮੁਕੱਦਮਾ ਦਰਜ ਕਰਕੇ ਅਰੈਸਟ ਨਹੀਂ ਹੁੰਦੇ ਉਨੀ ਦੇਰ ਤੱਕ ਸਾਡਾ ਪ੍ਰੋਗਰਾਮ ਹੈ ਜੋ ਉਹ ਇਹ ਹੈ ਕਿ ਅਸੀਂ ਫਿਰ ਇਹਦਾ ਸੰਸਕਾਰ ਡੈਡ ਬੋਡੀ ਦਾ ਨਹੀਂ ਹੋਏਗਾ। ਇਹ ਵਾਲਾ ਲੋਕ ਸਭਾ ਦੇ ਪ੍ਰਚਾਰ ਮੁਹਿੰਮ ਦੇ ਦੌਰਾਨ ਸਾਡੇ ਉਮੀਦਵਾਰ ਬੀਬੀ ਪ੍ਰਨੀਤ ਕੌਰ ਦੇ ਵਿਰੋਧ 'ਚ ਕੀਤੇ ਜਾ ਰਹੇ ਕਿਸਾਨ ਜਥੇਬੰਦੀਆਂ ਦੇ ਪ੍ਰਦਰਸ਼ਨ ਦੇ ਵਿੱਚ ਇੱਕ ਕਿਸਾਨ ਦੀ ਤਬੀਅਤ ਖਰਾਬ ਹੋਈ, ਉਹਦੇ ਬਾਅਦ ਇਲਾਜ ਦੇ ਦੌਰਾਨ ਉਸ ਕਿਸਾਨ ਦੀ ਮੌਤ ਦੀ ਇੱਕ ਦੁਖਦਾਈ ਘਟਨਾ ਮਿਲੀ ਹੈ। ਉਸ ਕਿਸਾਨ ਪਰਿਵਾਰ ਦੇ ਨਾਲ
ਸਾਰੇ ਪੰਜਾਬ ਦੀ, ਸਾਡੀ ਪਾਰਟੀ ਦੀ ਅਤੇ ਹਰੇਕ ਪੰਜਾਬ ਦੇ ਬਸ਼ਿੰਦੇ ਦੀ ਬਹੁਤ ਸਹਾਨੁਭੂਤੀ ਹੈ ਅਤੇ ਅਸੀਂ ਸਾਰੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਸ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦੀ ਤਾਕਤ ਬਖਸ਼ੇ। ਉੱਥੇ ਆਹ ਵੀ ਦੇਖਣ ਨੂੰ ਮਿਲਿਆ ਕਿ ਕੁਛ ਲੋਕਾਂ ਨੇ ਇਸ ਘਟਨਾ ਦਾ ਰਾਜਨੀਤਿਕ ਲਾਹਾ ਲੈਣ ਦੀ ਵੀ ਕੋਸ਼ਿਸ਼ ਕੀਤੀ ਅਤੇ ਪੁਲਿਸ ਦੇ ਧੱਕੇ ਮੁੱਕੇ ਨੂੰ ਉਸ ਕਿਸਾਨ ਦੀ ਤਬੀਅਤ ਵਿਗੜਨ ਦਾ ਕਾਰਨ ਦੱਸਿਆ। ਪਰੰਤੂ ਇੱਕ ਵੀਡੀਓ ਸਾਹਮਣੇ ਆਈ ਹੈ, ਉਹਦੇ ਵਿੱਚ ਸਾਰੀ ਗੱਲ ਸਥਿਤੀ ਸਪਸ਼ਟ ਦਿਖ ਰਹੀ ਹੈ ਕਿ ਕਿਸ ਤਰ੍ਹਾਂ ਕਿਸਾਨ ਬੇਹੋਸ਼ ਹੋ ਕੇ ਆਪਣੇ ਆਪ ਡਿੱਗਦਾ ਹੈ ਅਤੇ ਉਹਦੇ ਬਾਅਦ ਕੁਛ ਲੋਕਾਂ ਦੁਆਰਾ ਉਹਨੂੰ ਉਠਾ ਕੇ ਉਹਦੀ ਸਿਹਤ ਸੰਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਲਾਜ ਦੇ ਦੌਰਾਨ ਉਹਦੀ ਮੌਤ ਹੁੰਦੀ ਹੈ। ਮੇਰੀ ਇੰਨੀ ਬੇਨਤੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਖਾਸ ਤੌਰ 'ਤੇ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ, ਉਹ ਆਪਣੇ ਲੋਕਤੰਤਰਿਕ ਅਧਿਕਾਰ ਦਾ ਇਸਤੇਮਾਲ ਕਰਨ, ਬੜੇ ਸੰਜਮ ਦੇ ਨਾਲ ਕਰਨ ਅਤੇ ਆਪਣੇ ਕਿਸਾਨ ਸਾਥੀਆਂ ਦੀ ਸਿਹਤ ਦਾ ਵੀ ਧਿਆਨ ਰੱਖ ਕੇ ਕਰਨ, ਕਿਉਂਕਿ ਇਸ ਕਿਸਮ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ। ਇਹਦੇ ਵਿੱਚ ਜ਼ਿੰਮੇਵਾਰੀ ਚਾਹੇ ਕੈਂਡੀਡੇਟਸ ਦੀ ਹੈ, ਚਾਹੇ ਸਰਕਾਰ ਦੀ ਹੈ, ਚਾਹੇ ਜਥੇਬੰਦੀਆਂ ਦੀ ਹੈ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਬਹੁਤ ਦੁੱਖ ਭਰੀ ਖਬਰ ਆਈ ਅੱਜ ਕਿ ਸੁਰਿੰਦਰਪਾਲ ਸਿੰਘ ਜੀ ਸੇਰੇ ਪਿੰਡ ਦੇ ਵਿੱਚ ਗਿਰ ਕੇ ਉਹਨਾਂ ਦਾ ਦੇਹਾਂਤ ਹੋ ਗਿਆ। ਮੈਂ ਔਰ ਮੇਰਾ ਪਰਿਵਾਰ, ਅਸੀਂ ਹਰ ਵਕਤ ਕਿਸਾਨਾਂ ਦੀ ਬਿਹਤਰੀ ਦੇ ਲਈ, ਕਿਸਾਨਾਂ ਦੇ ਮੁੱਦਿਆਂ ਦੇ ਨਾਲ ਖੜ੍ਹੇ ਸੀ, ਖੜ੍ਹੇ ਰਹਾਂਗੇ। ਅੱਜ ਸੁਰਿੰਦਰਪਾਲ ਸਿੰਘ ਜੀ ਦੇ ਇਸ ਅਕਾਲ ਚਲਾਣੇ ਦੇ ਅਫਸੋਸ ਦੇ ਵਿੱਚ ਮੈਂ ਆਪਣੇ ਸਾਰੇ ਹੀ ਸਿਆਸੀ ਪ੍ਰੋਗਰਾਮ ਅੱਜ ਔਰ ਕੱਲ੍ਹ ਦੇ ਰੱਦ ਕਰ ਦਿੱਤੇ ਨੇ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਸੁਰਿੰਦਰਪਾਲ ਜੀ ਨੂੰ ਆਪਣੇ ਚਰਨਾਂ 'ਚ ਨਿਵਾਜੋ, ਉਹਨਾਂ ਦੇ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਔਰ ਉਹਨਾਂ ਨੂੰ ਇਸ ਭਾਣੇ ਮੰਨਣ ਦੇ ਲਈ ਤਾਕਤ ਦੇਣਾ। ਉਧਰ ਚੋਣ ਪ੍ਰਚਾਰ ਦੇ ਦੌਰਾਨ ਭਾਵੁਕ ਹੋਏ ਨੇ ਹਰਸਿਮਰਤ ਕੌਰ ਬਾਦਲ। ਲੰਬੀ ਦੇ ਪਿੰਡ ਬਾਦਲ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਵੱਡੇ ਬਾਦਲ ਤੋਂ ਬਾਅਦ। ਉਹਨਾਂ ਕਿਹਾ ਕਿ ਇਹ ਦੱਸ ਦਈਏ ਕਿ ਪਹਿਲੀ ਵਾਰ ਉਹਨਾਂ ਦਾ ਪਿੰਡ ਬਾਦਲ ਦੇ ਵਿੱਚ ਦੌਰਾ ਸੀ, ਜਿਸ ਦੇ ਦੌਰਾਨ ਉਹਨਾਂ ਨੇ ਸੰਬੋਧਨ ਕੀਤਾ ਔਰ ਸਰਦਾਰ ਬਾਦਲ ਦੇ ਵੱਲੋਂ ਕੀਤੇ ਕੰਮਾਂ ਨੂੰ ਗਣਵਾਇਆ ਗਿਆ ਹੈ। ਤਾਂ ਸਾਹਿਬ ਸੀਨੀਅਰ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਵੀ ਉਹਨਾਂ ਤੇ ਵਿਰੋਧੀ ਸਵਾਲ ਚੁੱਕ ਰਹੇ ਨੇ। ਹਰਸਿਮਰਤ ਕੌਰ ਬਾਦਲ ਨੇ ਸੰਬੋਧਨ ਦੌਰਾਨ ਇਹ ਕਿਹਾ, ਨਾਲ ਹੀ ਇਹ ਕਹਿੰਦੇ ਹੋਏ ਭਾਵੁਕ ਵੀ। ਜਿਹੜੇ ਬਾਦਲ ਸਾਹਿਬ ਨੇ ਉਹ ਆਪਣੀ ਤਕਲੀਫ ਸਮਝ ਕੇ ਉਹਨਾਂ ਨੇ ਤੁਹਾਡੀ ਬਾਹ ਖੜੀ, ਸੁੱਖ ਦੁੱਖ 'ਚ ਸਾਡਾ। ਜਿਹੜੇ ਬਾਦਲ ਸਾਹਿਬ ਨੇ ਤੁਹਾਡੀ ਇੱਕ ਇੱਕ ਨਿੱਕੀ ਤਕਲੀਫ ਨੂੰ ਆਪਣੀ ਤਕਲੀਫ ਸਮਝ ਕੇ ਉਹਨਾਂ ਨੇ ਤੁਹਾਡੀ ਬਾਹ ਖੜੀ, ਸੁੱਖ ਦੁੱਖ 'ਚ ਸਾਡਾ ਸਾਥ ਦਿੱਤਾ। ਅੱਜ ਬਹੁਤ ਵੱਡਾ ਦੁੱਖ ਹੁੰਦਾ ਹੈ ਕਿ ਸਿਆਸੀ ਲਾਹਾ ਲੈਣ ਵਾਸਤੇ, ਇਹ ਵੀ ਨਹੀਂ ਕਿ ਇੱਕ ਦਰਵੇਸ਼ ਸਿਆਸਤਦਾਨ ਜਾਂ ਇੱਕ ਬਾਪੂ ਜਿਹੜਾ ਸਾਡੇ ਵਿੱਚ ਨਹੀਂ ਰਿਹਾ, ਘੱਟ ਤੋਂ ਘੱਟ ਹੁਣ ਤਾਂ ਉਹਨਾਂ ਨੂੰ ਬਖਸ਼ਦਾ। ਲੇਕਿਨ ਇਹ ਗੰਦੀ ਸਿਆਸਤ ਇਹੋ ਜਿਹੀ ਹੋ ਗਈ, ਜਿਹੜੇ ਬਾਦਲ ਸਾਹਿਬ ਨੇ ਕਦੇ ਵੀ ਕਿਹਨੂੰ ਕਿਹਦੇ ਵਾਸਤੇ ਕਦੇ ਵੀ ਮਾੜਾ ਸ਼ਬਦ ਨਹੀਂ ਕਿਹਾ ਸੀ, ਕਦੇ ਜ਼ਿੰਦਗੀ 'ਚ ਵਿਰੋਧੀਆਂ ਨੂੰ ਵੀ ਨਹੀਂ ਭੰਡਿਆ ਸੀ। ਜਿਹੜਾ ਉਹਨਾਂ ਨੂੰ ਗਾਲਾਂ ਕੱਢਦੇ ਸੀ ਉਹਨਾਂ ਨੂੰ ਵੀ ਪਿਆਰ ਦੇ ਨਾਲ, ਸਤਿਕਾਰ ਦੇ ਨਾਲ। ਅੱਜ ਇਹੋ ਜਿਹੇ ਹਾਲਾਤ ਹੋ ਗਏ ਨੇ ਕਿ ਇਹੋ ਜਿਹੇ ਇਨਸਾਨ ਨੂੰ ਵੀ ਨਹੀਂ ਬਖਸ਼ਦੇ। ਸੋ ਚਲੋ, ਇਹ ਉਹਨਾਂ ਦੀ ਸੋਚ, ਉਹਨਾਂ ਦੀ ਰਾਜਨੀਤੀ। ਅਸੀਂ ਤਾਂ ਮਾਣ ਕਰਦੇ ਹਾਂ ਕਿ ਇਹੋ ਜਿਹਾ ਇਨਸਾਨ ਸਾਡੇ ਪਰਿਵਾਰ ਵਿੱਚ, ਜਿਹਨਾਂ ਤੋਂ ਸਾਨੂੰ ਇੰਨਾ ਕੁਛ ਸਿੱਖਣ ਨੂੰ ਮਿਲਿਆ, ਜਿਹੜੇ ਸਾਡੇ ਬਾਦਲ ਪਿੰਡ ਦਾ ਨਾਂ ਵੱਜਦਾ ਹੈ, ਉਹ ਵੀ ਉਹਨਾਂ ਦੀ ਵੱਡੀ ਦੇਣ ਹੈ। ਜਿਹੜੇ ਬਾਦਲ ਸਾਹਿਬ ਨੇ ਤੁਹਾਡੀ ਇੱਕ ਇੱਕ ਨਿੱਕੀ ਤਕਲੀਫ ਨੂੰ ਆਪਣੀ ਤਕਲੀਫ ਸਮਝ ਕੇ ਉਹਨਾਂ ਨੇ ਤੁਹਾਡੀ ਬਾਹ ਖੜੀ, ਸੁੱਖ ਦੁੱਖ 'ਚ ਸਾਡਾ ਸਾਥ ਦਿੱਤਾ। ਅੱਜ ਬਹੁਤ ਵੱਡਾ ਦੁੱਖ ਹੁੰਦਾ ਹੈ ਕਿ ਸਿਆਸੀ ਲਾਹਾ ਲੈਣ ਵਾਸਤੇ, ਇਹ ਵੀ ਨਹੀਂ ਕਿ ਇੱਕ ਦਰਵੇਸ਼ ਸਿਆਸਤਦਾਨ ਜਾਂ ਇੱਕ ਬਾਪੂ ਜਿਹੜਾ ਸਾਡੇ ਵਿੱਚ ਨਹੀਂ ਰਿਹਾ, ਘੱਟ ਤੋਂ ਘੱਟ ਹੁਣ ਤਾਂ ਉਹਨਾਂ ਨੂੰ ਬਖਸ਼ਦਾ।
ਲੇਕਿਨ ਇੱਕ ਦਿਨ ਦੀ ਸਿਆਸਤ ਇਹੋ ਜਿਹੀ ਹੋ ਗਈ ਜਿਹੜੇ ਬਾਦਲ ਸਾਹਿਬ ਨੇ ਕਦੇ ਵੀ ਕਿਹਨੂੰ ਕਿਹਦੇ ਵਾਸਤੇ ਕਦੇ ਵੀ ਮਾੜਾ ਸ਼ਬਦ ਨਹੀਂ ਕਿਹਾ ਸੀ, ਕਦੇ ਜ਼ਿੰਦਗੀ 'ਚ ਵਿਰੋਧੀਆਂ ਨੂੰ ਵੀ ਨਹੀਂ ਭੰਡਿਆ ਸੀ, ਜਿਹੜਾ ਉਹਨਾਂ ਨੂੰ ਗਾਲਾਂ ਕੱਢਦੇ ਸੀ ਉਹਨਾਂ ਨੂੰ ਵੀ ਪਿਆਰ ਦੇ ਨਾਲ ਸਤਿਕਾਰ ਦੇ ਨਾਲ। ਅੱਜ ਇਹੋ ਜਿਹੇ ਹਾਲਾਤ ਹੋ ਗਏ ਨੇ ਕਿ ਇਹੋ ਜਿਹੇ ਇਨਸਾਨ ਨੂੰ ਵੀ ਨਹੀਂ ਬਖਸ਼ਦੇ। ਸੋ ਚਲੋ ਇਹ ਉਹਨਾਂ ਦੀ ਸੋਚ, ਉਹਨਾਂ ਦੀ ਰਾਜਨੀਤੀ, ਅਸੀਂ ਤਾਂ ਮਾਣ ਕਰਦੇ ਹਾਂ ਕਿ ਇਹੋ ਜਿਹਾ ਇਨਸਾਨ ਸਾਡੇ ਪਰਿਵਾਰ ਵਿੱਚ ਜਿਨ੍ਹਾਂ ਤੋਂ ਸਾਨੂੰ ਇੰਨਾ ਕੁਛ ਸਿੱਖਣ ਨੂੰ ਮਿਲਿਆ, ਜਿਹੜੇ ਸਾਡੇ ਬਾਦਲ ਪਿੰਡ ਦਾ ਨਾਂ ਵੱਜਦਾ ਹੈ ਉਹ ਵੀ ਉਹਨਾਂ ਦੀ ਵੱਡੀ ਦੇਣ ਹੈ। ਉਧਰ ਲੁਧਿਆਣਾ ਤੋਂ ਬੇਹੱਦ ਹੀ ਦਿਲਚਸਪ ਤਸਵੀਰਾਂ ਸਾਹਮਣੇ ਆਈਆਂ ਨੇ। ਲੁਧਿਆਣਾ ਦੇ ਵਿੱਚ ਧਾਰਮਿਕ ਸਮਾਗਮ ਦੇ ਦੌਰਾਨ ਇਕੱਠੇ ਹੋਏ ਨੇ ਪੁਰਾਣੇ ਦੋਸਤ। ਸਮਾਗਮ 'ਚ ਰਵਨੀਤ ਬਿੱਟੂ ਅਤੇ ਰਾਜਾ ਵੜਿੰਗ ਦੀ ਮੁਲਾਕਾਤ ਹੋਈ ਹੈ। ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਗਲੇ ਲਗਾਇਆ ਹੈ। ਕਨਈਆ ਮਿੱਤਲ ਦੇ ਸਮਾਗਮ ਦੌਰਾਨ ਦਸਦੀ ਕਿ ਮੁਲਾਕਾਤ ਹੋਈ ਔਰ ਇੱਕ ਦੂਜੇ ਦੇ ਖਿਲਾਫ ਚੋਣਾਂ ਲੜ ਰਹੇ ਨੇ ਇਹ ਦੋਵੇਂ ਵੱਡੇ ਆਗੂ। ਉਮੀਦਵਾਰ ਨੇ ਰਵਨੀਤ ਬਿੱਟੂ, ਕਾਂਗਰਸ ਨੇ ਰਾਜਾ ਵੜਿੰਗ ਤੇ ਦਾਅ ਖੇਡਿਆ। ਬੇਟੇ ਕੋ ਸਵਰਿਆ ਤੁਮ ਗਲੇ ਲਗਾ ਜਾਓ, ਬੇਟੇ ਕੋ ਸਵਰਿਆ ਦੋਨੋ ਹੱਥ ਉਠਾ ਕੇ ਗਾਣਾ ਹਾਰਾ ਹੂੰ ਹੇ ਸ਼ਾਮਾਵਾ। ਕੋਈ ਕਹੀਂ ਵੀ ਹਾਰੇ ਮਗਰ ਮਨ ਸੇ ਨਹੀਂ ਹਾਰਨਾ ਚਾਹੀਏ। ਜੋ ਉਠਾਏ ਦੋਨੋ ਹਾਥ, ਜੀਤ ਦਿਲਾ ਦੋ ਹਾਥੋਂ ਹਾਥ, ਔਰ ਜੋ ਬਜਾਏ ਤਾਲੀ ਬਾਰਾਂ ਮਹੀਨੇ ਬਣਾਏ ਵਾਲੀ, ਔਰ ਜੋ ਮਚਾਏ ਸ਼ੋਰ ਕਭੀ ਨਾ ਰਹੇ ਕਮਜ਼ੋਰ। ਮੁਝਕੋ ਜੀਤਾ ਦੋ ਜਬ ਸਾਥ ਮੇਂ ਚਲਤੇ ਤੁਮ, ਮੁਝੇ ਤੁਮ ਪੇ ਮੇਰੇ ਮਾਝੀ ਬਣ ਜਾਓ, ਮੇਰੀ ਨਾਮ ਚਲਾ ਜਾ। ਬੇਟੇ ਕੋ ਸਵਰਿਆ ਤੁਮ ਗਲੇ ਲਗਾ ਜਾਓ, ਬੇਟੇ ਕੋ ਸਵਰਿਆ ਦੋਨੋ ਹੱਥ ਉਠਾ ਕੇ ਗਾਣਾ ਹਾਰਾ ਹੂੰ। ਹੇ ਸ਼ਾਮ ਬਾਬਾ, ਕੋਈ ਕਹੀਂ ਵੀ ਹਾਰੇ ਮਗਰ ਮਨ ਸੇ ਨਹੀਂ ਹਾਰਨਾ ਚਾਹੀਏ। ਜੋ ਉਠਾਏ ਦੋਨੋ ਹਾਥ, ਜੀਤ ਦਿਲਾ ਦੋ ਹਾਥੋਂ ਹਾਥ, ਔਰ ਜੋ ਬਜਾਏ ਤਾਲੀ ਬਾਰਾਂ ਮਹੀਨੇ ਬਣਾਏ ਵਾਲੀ, ਔਰ ਜੋ ਮਚਾਏ ਸ਼ੋਰ ਕਭੀ ਨਾ ਰਹੇ ਕਮਜ਼ੋਰ।